गुड मॉर्निंग दीदी। हाँ गुड मॉर्निंग। तू मेरे से ब्लॉग शुरू करना है? जी, आज मैं ब्लॉग तेरे से शुरू करना। होर कोई नवीता जी? सत श्रीकाल। सत श्रीकाल एक मेरी लगती ना, जो आप कहने सत श्रीकाल ये तो कहने सत श्रीकाल। ये अपने पिंड असी हाँ पिंड ये कहते सत श्रीकाल। किमें आ की शेड्यूल दी अज फिर? काफी टाइम बाद उदन खादे सी उत्थे मासी पिंड, हुण अपने घरे बन रहे आ। ਸਰਦੀਆਂ ਦੇ ਖਾਧੇ ਵੇ ਆ, ਮੈਂ ਦੂਜਾ ਅਸੀਂ ਕਿਹੜਾ ਖਾਧੇ ਸੀਗੇ, ਉੱਥੇ ਖਾਧੇ ਮਾਸੀ ਪਿੰਡ। ਫਿਰ ਤੂੰ ਦੱਸ ਦਿੰਦੀ ਅਸੀਂ ਇੱਦਾਂ ਪੈਕ ਕਰਾ ਲੈਂਦੇ ਤੇਰੇ ਉੱਥੇ ਗਾਵਾਂ ਤੇ ਮਾਸੀ ਮੈਂ ਕਿਆ ਕਰਨਾ, ਚਟਨੀ ਤਾਂ ਕਰਾ ਲਈ ਸੀਗੀ। ਮਾਸੀ ਨੇ ਕਹਿਣਾ ਪਹਿਲੀ ਵਾਰੀ ਇੱਥੇ ਰੋਟੀ ਖਾਧੀ, ਉਹ ਵੀ ਪੈਕ ਕਰਾ ਕੇ ਲੈ ਗਏ। ਉਹਨਾਂ ਨੂੰ ਕੀ ਪਤਾ ਵੀ ਇਹ ਭੁੱਖੜ ਜਵਾਕ ਜਿਹੜੇ ਘਰੇ ਬੈਠੇ ਆ, ਚਟਨੀ ਤਾਂ ਭੇਜਦੀ ਸੀ ਉਹਨਾਂ ਨੇ। ਸਵਰ ਵਾਲਿਆਂ ਨੂੰ ਕਿਹੜਾ ਪਤਾ ਸੀਗਾ ਵੀ ਇਹ ਪਰੌਂਠੇ ਖਾ ਕੇ ਆਉਣਗੇ, ਨਹੀਂ ਤਾਂ ਸਵਰ ਵਾਲਿਆਂ ਨੇ ਪਿੱਛੇ ਮੈਸੇਜ ਕਰ ਦੇਣਾ ਸੀ। ਗੱਪ ਤਾਂ ਮਾਰਿਆ ਸੀਗਾ ਵੀ ਅਸੀਂ ਖਾ ਕੇ, ਅਸੀਂ ਆਖਿਆ ਵੀ ਅਸੀਂ ਰੋਟੀ ਖਾ ਕੇ ਆਏ ਆ, ਉਹ ਮੇਰੇ ਮੂੰਹ ਚੋਂ ਆਏ ਨਿਕਲੇ ਹੋਏ ਮਾਸੀ ਮੈਂ ਤਾਂ ਦੋ ਕੱਪ ਰਹਿ ਦਿੰਦੀ। ਕਹਿੰਦੇ ਗੱਪ ਫੜਿਆ ਜਾਂਦਾ ਹੁੰਦਾ ਨਾ, ਜੇ ਜਦੋਂ ਬਣਾ ਕੇ ਲੈ ਕੇ ਜਾਵੇ ਗੱਪ, ਦਿਲ ਕੋ ਵੀ ਉਹੀ ਰੋੜੀ ਜਾਵੇ, ਕਹਿੰਦਾ ਅਸੀਂ ਰੋਟੀ ਖਾ ਕੇ ਦੱਸ ਨਿਕਲੀ ਜਾਵੇ। ਵੈਸੇ ਭੁੱਖ ਤਾਂ ਨਹੀਂ ਸੀ, ਚਲੋ ਕੋਈ ਨੀ ਵੀ ਫਿਰ ਸਵਾਦ ਲੱਗੇ, ਜਦੋਂ ਸਵਾਦ ਲੱਗੇ ਫਿਰ ਖਾ ਲੇ। ਹੋਰ ਕੋਈ ਨਵੀਂ ਤਾਜੀ ਦੀ? ਅੱਜ ਉਹ ਮੰਮੀ ਕਹਿੰਦੀ ਆਲੂ ਵਾਲੇ ਪਰੌਂਠੇ ਬਣਦੇ ਆ, ਕਹਿੰਦੀ ਜਾਂਦਾ ਦੋ ਦੋ ਘੰਟੇ ਖਾ ਕੇ ਸੌਂ ਜਾਓ। ਮੈਂ ਕਿਹਾ ਸੌਣਾ ਹੀ ਪਊਗਾ, ਹੋਰ ਤਾਂ ਕਰ ਵੀ ਕੁਛ ਨਹੀਂ, ਸਾਡੇ ਗਰਮੀ ਵੀ ਇੰਨੀ ਆ, ਕੰਮ ਵੀ ਹੈ ਨਹੀਂ ਸਾਡੇ ਕੋਲੇ ਕੋਈ। ਹੁਣ ਆਪਾਂ ਕੰਮ 'ਚ ਤੁਹਾਨੂੰ ਪਤਾ ਵੀ ਉਹ ਕਰ ਰਹੇ ਹਾਂ, ਐਡ ਆਨ ਚੀਜ਼ਾਂ ਕਰ ਰਹੇ ਹਾਂ ਨਾ ਦੀਦੀ, ਮਾੜਾ ਦੱਸੀ ਮਸ਼ੀਨ ਵਰਕ ਹੈਂਡ ਵਰਕ ਸਾਰੀਆਂ ਚੀਜ਼ਾਂ ਆਪਾਂ ਐਡ ਆਨ ਕਰ ਰਹੇ ਹਾਂ ਹੌਲੀ ਹੌਲੀ। ਕਹਿੰਦੇ ਨੇ ਹੁੰਦੇ ਵੀ ਪਹਿਲਾਂ ਬੰਦਾ ਜ਼ੀਰੋ ਤੋਂ ਸਟਾਰਟ ਕਰਦਾ, ਜ਼ੀਰੋ ਤੋਂ ਲੈ ਕੇ 1 2 3 4 ਲੈਵਲ ਅਪ ਹੁੰਦਾ ਜਾਂਦਾ, ਉਵੇਂ ਆਪਾਂ ਵੀ ਆਪਦੇ ਕੰਮ ਦਾ ਜਿਹੜਾ ਲੈਵਲ ਅਪ ਕਰ ਰਹੇ ਹਾਂ। ਆਪਾਂ ਹੁਣ ਦੂਸਰਾ ਮਸ਼ੀਨ ਵਰਕ ਸ਼ੁਰੂ ਕਰ ਰਹੇ ਹਾਂ, ਜਿਹੜੇ ਸੂਟ ਰੈਡੀ ਕਰਕੇ ਆਪਾਂ ਲੈ ਕੇ ਆਵਾਂਗੇ। ਲਓ ਜੀ, ਦਹੀਂ ਮੱਖਣੀ ਤੇ ਆਲੂ ਵਾਲਾ ਪਰੌਂਠਾ। ਮੂੰਹ 'ਚ ਪਾਣੀ ਜਾਂਦਾ, ਮੈਂ ਤਾਂ 2-3 ਬੁਰਕਾਂ ਖਾ ਵੀ ਏਡੀ ਵੀਡੀਓ ਬਣਾਉਂਦੇ ਪਹਿਲਾਂ ਨਹੀਂ ਵਰਜ, ਮੈਂ ਮਰ ਜਾ ਨਹੀਂ, ਮੈਂ ਮਰ ਜਾ ਨਹੀਂ। ਲੈ ਦੱਸ, ਇਹਦਾ ਡਾਈਪਰ ਲਾਇਆ ਹੋਇਆ, ਸਾਰਿਆਂ ਨੂੰ ਚਿੰਤਾ ਪਈ ਪਈ ਆ ਵੀ ਕਦੇ ਕੀ ਕਹੇ ਜੀ ਲੱਗਦੀ ਹੈ। ਨਾ ਮਿਲੀ ਚੂਈ, ਭੂਆ ਕੋਲੇ ਨਹੀਂ ਲਾਉਣਾ, ਭੂਆ ਫਿਰ ਫਿਰ ਕਿਸੇ ਨੂੰ ਫੜਾ ਕੇ ਆਊਗੀ, ਭੂਆ ਤਾਂ ਚੁੱਪ ਨਹੀਂ ਹੁੰਦੀ। ਚਲੋ ਬਈ ਹੁਣ ਰੋਟੀ ਪਾਣੀ ਖਾ ਗਏ ਤੇ ਫਿਰ ਕਰਦੇ ਆ ਵਲੌਗ ਨੂੰ ਕੰਟੀਨਿਊ। ਹਾਂਜੀ, ਤੇ ਟਾਈਮ ਹੋ ਗਿਆ 12:15 ਦਾ ਹੋ ਗਿਆ ਟਾਈਮ, ਤੇ ਆਪਾਂ ਚੱਲੇ ਸੀਗੇ ਬਠਿੰਡੇ, ਜਿਹੜੇ ਆਪਣੇ ਆਪਾਂ ਹੋਰ ਮਤਲਬ ਸਟੱਫ ਲੈ ਕੇ ਆਉਣਾ ਆਪਣਾ, ਜਿਹੜਾ ਹੁਣ ਆਪਾਂ ਵਰਕ ਵਾਲਾ ਕੰਮ ਸ਼ੁਰੂ ਕਰਨਾ ਜਦੋਂ ਤੁਹਾਨੂੰ ਮੈਂ ਦੱਸਿਆ ਸੀ ਹੈ ਨਾ, ਉਹ ਸਟੱਫ ਲੈ ਕੇ ਆਉਣਾ, ਬਾਕੀ ਦੁਪੱਟੇ ਆਪਾਂ ਡਾਈ ਕਰਵਾਉਣੇ ਦੇਣੇ, ਲੈਸਾਂ ਲੈਣਗਾ, ਮਤਲਬ ਇਹ ਆਪਣੇ ਬਹੁਤ ਜ਼ਿਆਦਾ ਕੰਮ ਆ। ਤੇ ਫਿਰ ਆਪਾਂ ਲੈ ਕੇ ਜਾਂਦੇ ਹਾਂ ਬਲੈਕੀ ਬਲੈਕੀ ਲੈ 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 ਪੋਚ ਤੇ ਪੋਚ ਮਰੀ ਜਾਂਦਾ, ਤੇ ਆਪਣੀ ਗੁੱਡੂ ਦਾ ਫੜਾ ਦਿਖਾਈ ਮਾੜੀ ਜੀ। ਪਰਲੇ ਪਾਸੇ ਗਲਾਸਾਂ ਨਹੀਂ ਪਈਆਂ ਨਾ, ਉਹ ਤਾਂ ਵਾਲੇ ਖਾਨੇ 'ਚ ਪਈ ਆ। ਠੀਕ ਹੈ, ਮੇਰੀ ਗੱਲ ਸੁਣੀ ਦਿਖਾਈ। ਜੈਂਟਲਮੈਨ ਜੈਂਟਲਮੈਨ ਆ, ਤੁਸੀਂ ਜਿਹੜੇ ਦੇ ਮਿਟਨ ਦੀ ਨਹੀਂ ਪਾਉਂਦੇ ਨਾ, ਹੱਥ ਖਾਣ ਲੱਗ ਗਈ। ਕਿਵੇਂ ਆ? ਠੀਕ ਆ ਕਹਿੰਦੀ, ਚੱਕਤਾ ਤੁੰਦ ਨੇ ਵੇਖੀ ਇਧਰ। ਹਾਂ ਦੇਖ ਲੋ, ਲੈ ਸਿਆਣੇ ਕਿਹਨੇ ਤੋੜਤੀ, ਤੂੰ ਚਾਹੁੰਦਾ ਸੀ ਨਿਪਲੇ ਦੀ।
ਕੱਟਤੀ ਹੋਣੀ ਮੜੀ ਦੇਖੋ ਕਿਸੇ ਨੇ ਨਹੀਂ ਕੱਟੀ ਆਹ ਫੜ ਨਿੱਪਲ ਤਾਂ ਹੈਗੀ ਆਂਟੀ ਤਾਂ ਹੀ ਨਹੀਂ ਲੱਗੀ ਜੇ ਉਹਦੇ ਚ ਵੀ ਉਹ ਸਹੀ ਨਿੱਪਲੀ ਹੁੰਦੀ ਨਾ ਸਾਨੂੰ ਆਏ ਸੀ ਇੰਨਾ ਦੁੱਧ ਅਸੀਂ ਸ਼ੀਸ਼ੀ ਚ ਭਰਦੇ ਆ ਮਿੰਟ ਦੀ ਕਿਵੇਂ ਖੇਚੀ ਤੇ ਸਾਨੂੰ ਕੀ ਪਤਾ ਵੀ ਵੱਡਾ ਘੁੱਟਣਾ ਹੀ ਜਾਂਦਾ ਅੰਦਰ ਮੜ ਕੇ ਦੁੱਲਾ ਜਾਂਦੀ ਆ ਚਲੋ ਲਓ ਜੀ ਫਾਈਨਲੀ ਉੱਥੇ ਬਹਿ ਗਏ ਸੀਗੇ ਗੱਲਾਂ ਬਾਤਾਂ ਮਾਰ ਲੱਗ ਗਏ ਤੇ ਟਾਈਮ ਹੋ ਗਿਆ 1 ਵਜ ਗਿਆ ਬਿਲਕੁਲ ਸਾਨੂੰ ਰੌਲਾ ਪਾ ਕੇ ਰੌਲਾ ਪਾ ਕੇ ਲੈ ਕੇ ਆਇਆ ਕਹਿੰਦਾ ਤੁਸੀਂ ਲੇਟ ਕਰਾਉਂਗੀ ਮੈਨੂੰ ਤੇ ਹੁਣ ਆਪਾਂ ਚੱਲਦੇ ਹਾਂ ਕੰਮ ਆਪਾਂ ਨੂੰ ਵਾਹਵਾ ਇੱਕ ਆਪਾਂ ਮਾਲ 'ਚ ਵੀ ਜਾਣਾ ਮਾਲ 'ਚੋਂ ਥੋੜ੍ਹਾ ਜਿਹਾ ਸਮਾਨ ਲੈ ਕੇ ਆਉਣਾ ਉਹ ਵੀ ਤੁਹਾਨੂੰ ਦਿਖਾਵਾਂਗੇ ਕੀ ਸਮਾਨ ਲੈ ਕੇ ਆਉਣੇ ਆ ਅਤੇ ਇੱਧਰ ਆਪਣੇ ਪਾਣੀ ਲੱਗੀ ਜਾਂਦਾ ਵਾਹਣਾ 'ਚ ਦੇਖੋ ਇਹ ਤਾਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤਾਂ ਕਰਕੇ ਅਸੀਂ ਗੱਲ ਕੁਛ ਨੂੰ ਲੈ ਕੇ ਚੱਲਾਂਗਾ ਅੱਜ ਪਾ ਵਾਹਣ ਵਾਹੀ ਜਾਂਦੇ ਆ ਦੇਖੋ ਮੇਰੇ ਇੱਥੇ ਉੱਡੀ ਜਾਂਦਾ ਆਪਣੇ ਉਹ ਪੈਕ ਕਢਾਉਣ ਗਿਆ ਸੀ ਦਿਲ ਕੁਛ ਚੱਲ ਮੇਰੇ ਭਾਈ ਲਿਆਓ ਵੀਰ ਜੀ ਥੈਂਕ ਯੂ ਸੋ ਮਚ ਹਾਂਜੀ ਤੇ ਜਿਹੜੇ ਆਪਣੇ ਦੋ ਤਿੰਨ ਕੰਮ ਸੀ ਉਹ ਆਪਾਂ ਕਰ ਲਏ ਬਟ ਦੁਪੱਟੇ ਹਜੇ ਆਪਾਂ ਨੂੰ ਮਿਲਣੇ ਨਹੀਂ ਤਾਂ ਕਰਕੇ ਆਪਾਂ ਨੂੰ ਘਰ ਦੇ ਅੱਜ ਗਿਆ ਸੀ ਵੀ ਸੌਦਾ ਪੱਤਾ ਲੈ ਕੇ ਆਉਣਾ ਤੇ ਆਪਾਂ ਚੱਲੇ ਸੌਦਾ ਪੱਤਾ ਲੈਣ ਦੇਖਦੇ ਸੌਦੇ ਪੱਤੇ 'ਚ ਅੱਜ ਕੀ ਲੈਂਦੇ ਕਿਉਂਕਿ ਫਸਟ ਟਾਈਮ ਆਪਾਂ ਐਕਸਪੀਰੀਅੰਸ ਕਰਨਾ ਇਹ ਚੀਜ਼ ਦਾ ਅੱਗੇ ਤਾਂ ਡੈਡੀ ਲੈ ਕੇ ਆਉਂਦੇ ਹੁੰਦੇ ਸੀਗੇ ਹਨਾ ਜਿਹੜੇ ਆਪਣੇ ਆੜਤੀ ਹੁੰਦੇ ਆ ਮੰਡੀ ਉੱਥੋਂ ਹੀ ਲੈ ਕੇ ਆਉਂਦੇ ਸੀ ਅਤੇ ਅਸੀਂ ਸੋਚਿਆ ਵੀ ਜੇ ਆਂਟੀ ਆਪਾਂ ਡੀ ਮਾਰਟ ਤੋਂ ਲੈ ਕੇ ਆਵਾਂਗੇ ਪਹਿਲਾਂ ਅਸੀਂ ਮਿੱਤਰ ਮਾਲ 'ਚ ਸੋਚਿਆ ਫਿਰ ਦਿਲ ਕੋਈ ਨੇ ਪੁੱਛਿਆ ਕਿਸੇ ਨੂੰ ਉਹ ਕਹਿੰਦੇ ਡੀ ਮਾਰਟ 'ਚ ਵੀ ਵਧੀਆ ਫਰਕ ਦਾ ਵੀ ਪਤਾ ਲੱਗ ਜੂ ਹਾਂ ਨਾਲੇ ਫਰਕ ਦਾ ਪਤਾ ਲੱਗ ਜੂ ਵੀ ਕੀ ਫਰਕ ਆ ਹਨਾ ਤੇ ਹੁਣ ਆਪਾਂ ਚੱਲਦੇ ਹਾਂ ਤੇ ਲੈਨੇ ਆ ਸੌਦਾ ਪੱਤਾ ਦੇ ਨਾਲ ਤੁਹਾਨੂੰ ਦਿਖਾਉਣੇ ਆ ਸ਼ੁਰੂ ਕੀਤਾ ਦੇਖ ਲਓ ਬਿਸਕੁਟਾਂ ਵਾਲੀ ਭਰ ਲਈ ਟਰਾਲੀ ਜੀ ਲੱਗੀ ਗਰੋਸਰੀ ਕਰਨ ਹਾਂਜੀ ਦੇਖੋ ਕਿੰਨਾ ਸਮਾਨ ਲੈ ਲਿਆ ਆਪਾਂ ਖਾਣ ਵਾਲਾ ਹੀ ਹੈ ਸਾਰਾ ਕੋਈ ਕੰਮ ਵਾਲਾ ਹੀ ਹੈ ਸਾਰਾ ਕੋਈ ਕੰਮ ਦਾ ਤਾਂ ਬਹੁਤ ਘੱਟ ਲੈਤਾ ਸੀ ਹੈ ਕੋਈ ਮਰਜ਼ੀ ਲੈ ਲਾ ਸੌਸ ਦਾ ਵੀ ਹੈ ਕਿੱਧਰ ਅੰਦਰ ਲੈ ਪੜੀ ਪਤਾ ਨਹੀਂ ਕਿੰਨੇ ਦੇ ਪਾਏ ਵੀਰ ਪਹਿਲੇ ਖਾਣ ਵਾਲਾ ਸਮਾਨ ਆ ਗਿਆ ਖਾਣ ਵਾਲਾ ਤਾਂ ਵੱਧ ਹੀ ਆ ਵੀਰ ਭਾਲੇ ਘਰ ਦਾ ਤਾਂ ਕੋਈ ਚਾਰ ਚਾਰ ਪੈਸਿਆਂ ਦਾ ਸਮਾਨ ਆ ਖਾਣ ਵਾਲਾ ਤੇਰੇ ਕੋਲ ਕਹਿੰਦਾ ਇੱਧਰ ਬਾਹਰ ਹੀ ਰੱਖ ਲਓ ਆ ਤਾਂ ਕਹਿੰਦਾ ਬਾਹਰ ਹੀ ਰੱਖ ਲਓ ਆ ਦੇਖ ਕਿੱਧਰ ਜਾਂਦੀ ਰੇੜੀ ਚੈਂਤੀ ਦੇਖਦਾ ਜੀ ਉੱਧਰ ਖਾਣ ਵਾਲੀ ਸਮਾਨੀ ਹੁਣ ਗੰਗਾ ਸਾ ਆਪਣਾ ਕੰਮ ਵਾਲੀਆਂ ਤਾਂ ਹੁਣ ਗਈਆਂ ਬਾਬੂ ਸਮਾਨ ਵੀ ਸਾਰਾ ਆ ਗਿਆ ਇੱਕ ਸਾਨੂੰ ਮਾਜਾ ਫ੍ਰੀ ਦਿੱਤਾ ਉਹਨਾਂ ਨੇ ਫਰੂਟੀ ਬੋਤਲ ਨਾਲ ਜ਼ਿਆਦਾ ਵੱਡੀ ਦੇ ਦਿੱਤੀ ਫਟਾਫਟ ਕਰ ਦੇ ਕਰਕੇ ਸ਼ੋਪਿੰਗ ਆਪਾਂ ਤੇ ਹੁਣ ਆਪਾਂ ਚੱਲ ਪਏ ਹਾਂ ਜਿਹੜੇ ਚੀਜ਼ਾਂ ਲੈ ਕੇ ਆਏ ਸੀਗੇ ਵੈਫਰ ਉਹ ਖਾਣ ਅਸੀਂ ਪਹਿਲਾਂ ਹੀ ਬਾਹਰ ਹੀ ਰੱਖ ਲਏ ਸਾਨੂੰ ਪਤਾ ਸੀ ਵੀ ਇਹ ਚੀਜ਼ਾਂ ਤਾਂ ਆਪਣੇ ਤੋਂ ਖਾਧੀਆਂ ਜਾਣਗੀਆਂ ਹਨਾ ਦਿਲ ਕੋ ਕਹਿੰਦਾ ਲਿਆ ਖਵਾ ਕੁਛ ਬੱਬੂ ਕਹਿੰਦੀ ਇਕੱਲੇ ਵੈਫਰ ਹੀ ਆ ਕਹਿੰਦਾ ਵੈਫਰ ਹੀ ਖਵਾ ਦੇ ਹੁਣ ਆਪਾਂ ਵੈਫਰ ਉੱਪਰ ਖਾਂਦੇ ਹਾਂ ਹੈ ਭੁੱਖ ਲੱਗੇ ਕਿਦੋਂ ਤਾਂ ਤੁਰੇ ਫਿਰਦੇ ਹਾਂ ਕੱਲ੍ਹ ਤਾਂ ਤੁਰੇ ਫਿਰਦੇ ਭੁੱਖ ਲੱਗੀ ਵਾਕਈ ਮੈਨੂੰ ਹੁਣ ਇਹ ਵੀ ਆ ਹੁਣ ਪਾਪੇ ਹੋਰਾਂ ਨੂੰ ਐਂ ਦੇਖਣਾ ਇਹਦੇ ਘਰੇ ਆਣ ਕੇ ਪੱਠੇ ਪੁੱਠੇ ਕੁਦਰ ਲੈਣ ਉਹਨਾਂ ਜਰਾ ਹਾਂ ਸਹੀ ਗੱਲ ਹੈ ਚਲੋ ਕੋਈ ਨਹੀਂ ਚੱਲਦੇ ਹਾਂ ਹੁਣ ਆਪਾਂ ਦੁਪੱਟੇ ਜਿਹੜੇ ਆਪਣੇ ਡਾਈ ਕਰਨੇ ਦਿੱਤੇ ਵੀ ਉਹ ਤਾਂ ਲੈਂਦੇ ਹਾਂ ਅਤੇ ਜਿਹੜੇ ਦੁਪੱਟੇ ਆਪਾਂ ਲੈ ਕੇ ਆਏ ਆ ਉਹ ਆਪਾਂ ਡਾਈ ਕਰਨੇ ਫੜਾਉਣੇ ਆ ਬਸ ਹੁਣ ਆਪਣਾ ਆਹੀ ਕੰਮ ਰਹਿ ਗਿਆ ਅਤੇ ਉਸ ਤੋਂ ਬਾਅਦ ਫਿਰ ਚੱਲਾਂਗੇ ਘਰੇ ਲਓ ਜੀ ਆਂਟੀ ਨੂੰ ਅਸੀਂ ਆਖਿਆ ਵੀ ਆਹ ਅਸੀਂ ਤੇਲ ਪਾਉਣ ਨੂੰ ਜੱਗ ਲੈ ਕੇ ਆਏ ਹਾਂ ਵੀ ਇਹ ਤੇਲ ਪਾ ਕੇ ਤਿਆਰ ਕਰਕੇ ਆਂਟੀ ਕਹਿੰਦੀ ਇਹ ਤਾਂ ਐਂ ਕਰਿਆ ਕਰੋ ਬੱਬੂ ਨੂੰ ਚੌਕਲੇਟ ਵਾਲੀਆਂ ਚੀਜ਼ਾਂ ਬਾਲੀਆਂ ਪਸੰਦ ਆ ਤੇ ਆਂਟੀ ਤੌਲ ਕੇ ਕਿਵੇਂ ਲੱਗੇ ਵਧਗਾ
ਧੋ ਦਿਓ, ਕਿਲਰ ਕਲਰ ਸੋਹਣੇ ਨਾ ਦੋਨਾਂ ਦੇ, ਬਸ ਧੋ ਦਿਓ ਫਿਰ ਇਹਨਾਂ ਨੂੰ, ਆਹ ਸਮਾਨ ਆਪਾਂ ਲੈ ਕੇ ਆਏ ਹਾਂ ਅਸੀਂ, ਆਹ ਘਰ ਬਰਤਨ ਘੱਟ ਤੇ ਖਾਣ ਵਾਲਾ ਸਮਾਨ ਵੱਧ ਲਿਆ, ਮੈਗੀ ਦੇ ਪੈਕਟ ਲਿਆਏ ਤਿੰਨ, ਹੈ ਲਾਈਟ ਲਾਈਟ ਆ ਨਾ, ਚਲੋ ਕੋਈ ਚਲੋ ਚੱਲੀਏ ਆਂਟੀ, ਇਹ ਡੱਬਾ ਆਹ ਦੇਖ ਲਓ ਬਾਈ ਤੁਸੀਂ, ਪੁੱਛਦੇ ਡੱਬਾ ਕਿਹੜਾ ਤੁਹਾਡਾ, ਊਂ ਹੀ ਆ ਬਸ, ਆਹ ਦੇਖ ਲਓ ਮੰਮਾ ਕੀ ਸਬਜ਼ੀ ਬਣਾਉਣੀ ਆ, ਗਾਂ ਦੀ ਮੈਂ ਦੱਸਦੀ ਹਾਂ ਕੀ ਬਣਾਉਣਾ, ਹੈ ਮੈਂ ਤਾਂ ਖਾਣੀ ਨਹੀਂ, ਦਿਲ ਕੋ ਕਹਿੰਦਾ ਅੱਜ ਤਾਂ ਨੇਸਤੀ ਵਾਲੀ ਚੜ ਗਈ, ਸਾ ਕਿੰਨੇ ਪਰੌਂਠੇ ਖਾਧੇ, ਕਹਿੰਦਾ ਪੰਜ ਪੀਤੇ, ਤੰਗ ਮੂੰਹ ਟੱਟ ਟੱਟ ਜਾ ਲੈਂਦਾ ਸੀ ਉੱਥੇ ਜਾ ਕੇ, ਅੱਜ ਪੀਤੇ ਗਈ ਆ ਤੋਰੀਆਂ ਤੜਾਉਣ, ਮੈਨੂੰ ਕਹਿੰਦੀ ਵਲੌਗ ਬਣਾਉਣੀ, ਹੁਣ ਮੈਨੂੰ ਕੋਈ ਗੱਲ ਨਹੀਂ ਆਉਂਦੀ ਕੀ ਵਲੌਗ ਬਣਾਵਾਂ ਮੈਂ, ਹਾਂ ਸ਼ੋਪਿੰਗ ਕਰ ਆਉਂਦੀ ਅੱਜ, ਸਿਲਕੀ ਸਟੱਫ ਦੀ ਵੀ ਕਰ ਆਉਂਦੀ ਅਤੇ ਕੋਟਨ ਦੀ ਵੀ ਕਰ ਆਉਂਦੀ, ਕਿਹੜਾ ਅੰਮਾ ਠੀਕ ਆ, ਪਿਸਤਾ ਅੰਗੂਰੀ ਜਿਹਾ ਸ਼ੇਡ, ਠੀਕ ਆ ਠੀਕ ਆ, ਹਾਂ ਅੰਗੂਰੀ ਜਿਹਾ ਠੀਕ ਆ, ਉਹ ਸੋਹਣਾ ਆ ਸਟੱਫ, ਪੀਤੇ ਦਿਖਾਉਣੀ ਆ ਤੋਰੀਆਂ ਤੋੜਦੀ, ਕਿਹੜੀਆਂ ਅੰਮਾ, ਉਹ ਉਹਨਾਂ ਨੇ ਚੁੰਨੀਆਂ ਅੱਜ ਦੋ ਹੀ ਕੀਤੀਆਂ ਕਲਰ, ਤੇ ਉਹ ਕਹਿੰਦੇ ਮੈਨੂੰ ਕੰਮ ਸੀਗਾ ਬੁਟੀਕ ਵਾਲਿਆਂ ਦਾ ਜ਼ਿਆਦਾ, ਵੀ ਜਿਹਨਾਂ ਦੇ ਉਹ ਸਾਹਮਣੇ ਬੈਠੇ ਫਿਰ ਉਹਨਾਂ ਨੂੰ ਵੀ ਕਰਨਾ ਪੈਂਦਾ ਉਹਨਾਂ ਦਾ, ਤੇ ਫਿਰ ਉਹਨਾਂ ਨੇ ਉਹਨਾਂ ਦਾ ਕੀਤਾ ਤੇ ਬਾਕੀ ਫੜਾ ਜਾਂਦਾ, ਉਹ ਕਹਿੰਦੇ ਸੀਗੇ ਕੱਲ ਸ਼ਾਮ ਤੱਕ ਮਿਲ ਜਾਣਗੇ, ਮੈਂ ਲਾਇਆ ਸੀ ਫੋਨ ਦੇ ਤੁਹਾਨੂੰ, ਹਾਂ ਤੇ ਖੈਰ ਸੁੱਖ ਪੁੱਛੀ, ਹਾਂ ਤੇ ਕਈਆਂ ਗੱਲਾਂ ਦੀ ਤਾਂ ਮੈਨੂੰ ਸਮਝ ਆ ਗਈ, ਕਈਆਂ ਦੀ ਆਈ ਨਹੀਂ, ਹਾਂ ਤੇ ਤੇ ਮਾਮੀ ਨੂੰ ਭਾਬੀ ਨੂੰ ਆਂਦਾ ਨਾ, ਹਾਂ ਆਂਦਾ ਭੂਆ ਮੇਰਾ ਨਾ ਪਤਾ ਨਹੀਂ ਲਿਆ ਭੂਆ ਨੇ ਫੋਨ ਤੇ, ਹਾਂ ਤੇ ਮੁੜ ਕੇ ਆਪ ਹੀ ਆਂਦਾ ਰਾਣੀ ਭੂਆ ਨੇ ਪੁੱਛਿਆ ਨੀ, ਉਹ ਤਾਂ ਮੇਰਾ ਇੰਨਾ ਮੋਹ ਕਰਦੀ ਆ, ਕੀ ਪਤਾ ਕਹਿੰਦਾ ਉਹਨੂੰ ਆਏ ਹੋਵੇ ਮੈਂ ਜਾ ਕੇ ਪਤਾ ਲਿਆ, ਫਿਰ ਮੈਨੂੰ ਮਗਰੋਂ ਆਵਾਂ ਨਾ, ਜਾਣ ਸਾਰੀ ਆਂਦਾ ਕੇ ਰਾਣੀ ਭੂਆ ਨੀ ਆਈਗੀ, ਤੇ ਹਰਵਿੰਦਰ ਆਂਦਾ ਨਾ ਆਂਦਾ ਕੇ ਭੂਆ ਨੂੰ ਨੀ ਉਡੀਕਦਾ, ਲੇਜਾਂ ਨੂੰ ਉਡੀਕਦਾ ਆ, ਭੂਆ ਨੂੰ ਕਿੱਥੇ ਉਡੀਕਦਾ, ਲੇਜਾਂ ਨੂੰ ਉਡੀਕਦਾ, ਚਾਰ ਪੰਜ ਭੂਆ ਜਾਂਦੀਆਂ ਫਿਰ ਲੇਜ ਦੇ ਪੈਕਟ ਲੈ ਕੇ ਜਾਂਦੀਆਂ, ਤਿੰਨ ਤਾਂ ਵਾਲਾ ਜਾਂਦੀਆਂ, ਸੀਰੋ ਮਾਸੀ ਛਿੰਦੀ ਮਾਸੀ ਤੇ ਮੰਮੀ, ਉਹਨੂੰ ਕੇਲੇ ਸੇਬ ਕੁਆਸ਼ੇ ਦਾ ਲੇਜ ਕੁਰਕਰੇ, ਜਾਂ ਇੱਕ ਉਹ ਜਿਹੜੇ ਹੁਣ ਦੂਜਾ ਚੋਕਲੇਟ ਨਹੀਂ ਹੁੰਦੇ ਗੇ, ਉਹ ਜਿਹੜੇ ਰੈਡ ਜੇ ਲੇਬਲ ਉਹਦੇ ਵਿੱਚ ਚੜਿਆ ਹੁੰਦਾ ਕੀ ਹੁੰਦਾ ਉਹ, ਵੈਫਰ ਜੇ, ਵੈਫਰ ਨਹੀਂ ਚੋਕਲੇਟ ਉਹ ਦੂਜੇ ਲੈ ਆਇਆ ਜਿਹੜੇ ਵੀ ਉਹ ਕਾਫੀ ਕਲਰ ਜਿਹੇ ਹੁੰਦੇ ਆ, ਤੇ ਕਹਿੰਦਾ ਉਹ ਕਾਹਤੋਂ ਨੀ ਲੈ ਕੇ ਆਇਆ, ਉਹ ਆਂਦਾ ਪੁੱਤ ਹੈ ਨੀ ਸੀ, ਉਹ ਮਿਲਦੇ ਨੀ ਕਈ, ਉਹ ਆਂਦਾ ਮਿਲਦੇ ਨੀ ਜੀ, ਕਿਤੇ ਦੀਦੀ ਸਤਿ ਸ੍ਰੀ ਅਕਾਲ।
ਮੈਂ ਕਹਿਣ ਲੱਗੀ ਸੀ ਅੱਜ ਸੇਕ ਨਹੀਂ ਘੱਟ, ਟਾਈਮ ਤਾਂ 7 ਵਜ ਕੇ ਸੇਕ ਘੱਟ ਨਹੀਂ ਹੈ। ਸੇਕ ਨਹੀਂ ਫਿਰ ਵੀ ਅੱਗ ਬੱਬੂ ਅੱਗੇ ਨਾਲੋਂ ਦਿਓ ਫਰਕ ਆ, ਜਿਹੜੇ ਪੈਰੀ ਪਾਏ ਆ ਇਟਲੀ ਤੋਂ ਆਏ ਆ। ਅੱਜ ਉਹ ਤੋਂ ਕੱਢ ਕੇ ਲਈ ਅਲਮਾਰੀ ਥੱਲੇ ਦਰਾਜ ਨੀ ਹੁੰਦਾ ਉੱਥੇ। ਮੈਂ ਕਿਹਾ ਅੱਜ ਤੋਂ ਪਿਛਲੇ ਸਾਲ ਤੋਰਨਾਂ ਦੀ ਉੱਧਰ ਦੇਖ ਲਾ ਪਿਛਲੇ ਸਾਲ ਹੀ ਸੀ ਕੀ ਬਸ ਮੰਮੀ ਦਾ ਆਪਰੇਸ਼ਨ ਹੋਇਆ ਸੀ ਪਿਛਲੇ। ਹਾਂ ਮੰਮੀ ਦਾ ਆਪਰੇਸ਼ਨ ਜੁਲਾਈ ਚ ਹੋਇਆ ਸੀ, ਅਜੇ ਤਾਂ ਜੂਨ ਵੀ ਆਉਣਾ ਪਿੱਤੇ। ਜੂਨ ਵੀ ਆਉਣਾ ਤੂੰ ਗੱਲ ਕਰਦੀ ਆ ਬਿਜਲੀ ਵੀ ਗਰਮੀ ਬਹੁਤ ਆ। ਅੱਜ ਪੀਤਿਆਂ ਨੀ ਮਾਰਦੀ ਹੋ ਕੋਈ ਬਹਾਨਾ ਬੁਹਾਨਾ। ਆਵਾਜ਼ ਕੀ ਪਤਾ ਸੁਣਦੀ ਨਾ ਹੋਵੇ, ਬੋਲੀ ਆ ਪੀਤੇ ਤੂੰ। ਸੂਰਜ ਵੀ ਜਮਾ ਬਸ ਡੁੱਬਣ ਵਾਲਾ ਹੀ ਆ। ਬਸ ਠੀਕ ਆ ਆ ਜਾਓ ਫਿਰ ਲੀੜੇ ਪਾ ਕੇ, ਕਿੱਥੇ ਛੱਡਿਆ ਆਊਗਾ। ਪਾਪਾ ਕਹਿੰਦਾ ਆ ਜਾ ਕਰ ਪੀਤੇ ਤੇ ਗਾਲਾ ਪੈ ਗਿਆ। ਹੁਣ ਤਾਂ ਚੱਲਦਾ ਆਪਣਾ ਲੈਸਾਂ ਵਾਲਾ ਪ੍ਰੋਗਰਾਮ, ਲੈਣੀਆਂ ਲੈਸਾਂ ਸਾਰੀਆਂ। ਅੱਜ ਕੋਈ ਰਹਿਣ ਆ ਜਾਵੇ ਅੱਗੇ ਰਹਿ ਜਾਂਦਾ ਆਪਣੀਆਂ ਲੈਸਾਂ। ਹਾਂ ਮੈਂ ਵੀ ਕਿੰਨੀ 34 ਚਲਾਂਗਾ ਬਾਬਾ। ਹਾਂਜੀ ਤੇ ਆਪਾਂ ਲੈਸਾਂ ਲੈ ਲਈਆਂ ਸੀਗੀਆਂ ਤੇ ਲੈਸਾਂ ਲੈ ਕੇ ਹੁਣ ਜਦੋਂ ਸਾਨੂੰ ਲੈਣਾ ਗਿਆ ਸੀਗਾ ਤੇ ਨਾਲ ਆਈਏ ਤਾਜ ਬਤਨ। ਤਾਜੂ ਤਾਜੂ ਤਿਆਰ ਹੋ ਕੇ ਆਈ ਹੈ ਨਹੀਂ ਹੁੰਦੀ ਤੇਰਾ ਸੌਣ ਤੋਂ ਬਿਨਾ ਤੈਨੂੰ ਕੋਈ ਕੰਮ ਨਹੀਂ, ਕੋਈ ਇੰਟਰਸਟ ਨਹੀਂ ਇਹਦੀ ਵੀਡੀਓ 'ਚ, ਕੋਈ ਇੰਟਰਸਟ ਨਹੀਂ ਇਹਦਾ ਵਲੋਗ 'ਚ। ਤੇ ਕੱਲ੍ਹ ਵਾਲਾ ਵਲੋਗ ਹੋਊਗਾ ਜਿਹੜਾ ਉਹ ਬਹੁਤ ਹੀ ਜ਼ਿਆਦਾ ਵਧੀਆ ਵਲੋਗ ਹੋਊਗਾ ਕਿਉਂਕਿ ਉਹ 'ਚ ਬਹੁਤ ਘੈਂਟ ਕੰਮ ਕਰ ਰਹੀਆਂ ਅਸੀਂ ਸਾਰੇ ਜਣੇ। ਤੁਸੀਂ ਉਹ ਵਲੋਗ ਨੂੰ ਪਸੰਦ ਕਰੋਗੇ ਹੈ ਨਾ ਤੇ ਥੋੜ੍ਹੀ ਜਿਹੀ ਐਕਸਾਈਟਮੈਂਟ ਲੈਵਲ ਵਧਾਓ ਤੇ ਕਿਉਂਕਿ ਅਗਲਾ ਵਲੋਗ ਆਪਣਾ ਬਹੁਤ ਘੈਂਟ ਆ ਰਿਹਾ ਤੇ ਕੱਲ੍ਹ ਨੂੰ ਆਪਣੀ ਬੱਚਾ ਪਾਰਟੀ ਨਹੀਂ ਵੀ ਆ ਜਾਣਾ। ਉਹ ਵਲੋਗ ਤਾਂ ਓਬਵੀਅਸਲੀ ਵਧੀਆ ਹੁੰਦਾ ਜਦੋਂ ਆਪਣੀ ਬੱਚਾ ਪਾਰਟੀ ਆ ਜਾਂਦੀ ਹੁੰਦੀ ਹੈ ਨਾ। ਰੌਣਕ ਮੇਲਾ ਸਵਰੀਨ ਵਰਗੇ ਸਵਰੀਨ ਦਾ ਪਰਸਨ ਤੇ ਬਰਥਡੇ ਟੱਪ ਕੇ ਗਿਆ ਜਦੋਂ ਪਿਛਲੀ ਵਾਰੀ ਆਈ ਸੀ ਅਸੀਂ ਉਹਦਾ ਊਂ ਹੀ ਕੇਕ ਕੱਟਦਾ ਸੀਗਾ। ਦੋ ਵਾਰੀ ਉਹਦੇ ਨਾਲ ਪ੍ਰੈਂਕ ਹੋ ਗਿਆ ਕੇਕ ਵਾਲਾ ਖੜਾ ਅੰਦਰ ਦੋ ਵਾਰੀ ਹੋ ਗਿਆ। ਹਾਂ ਤੇ ਉਹ ਰੋਣ ਵੀ ਲੱਗ ਜਾਂਦੀ ਤੇ ਉਹ ਰੋਣ ਲੱਗ ਜਾਂਦੀ ਉਹ ਕਹਿੰਦੀ ਵੀ ਮੇਰੇ ਕੋਲ ਤਾਂ ਬਰਥਡੇ ਬਣਾਈ ਉਹਨੇ ਉਹ ਤਾਂ ਐਂ ਚੱਕਰ ਪੈ ਜਾਂਦਾ ਉਹਦਾ ਉਹਦਾ ਸਬਜ਼ੀ ਕਾਹਦੀ ਘਰੇ ਪਿੰਡੇ। ਚਲੋ ਕੋਈ ਨਹੀਂ ਮੈਂ ਤਾਂ ਖਾ ਲੈਂਦੀ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਤੇ ਹੁਣ ਆਪਾਂ ਚੱਲਦੇ ਹਾਂ ਘਰੇ ਤੇ ਫਿਰ ਘਰੇ ਜਾ ਕੇ ਮਿਲਦੇ ਹਾਂ। ਰਾਜੂ ਨੂੰ ਭੁੱਖ ਲੱਗੀ ਹੈ ਇੰਨਾ ਰੌਲਾ ਪਾਇਆ ਇਹਨੇ। ਮੰਮੀ ਕਹਿੰਦੀ ਅੱਜ ਸ਼ੀਸ਼ੀ ਵਿਹਲੀ ਕਰਕੇ ਦਿਖਾਈ ਗਈ ਤਾਜੂ ਮਿੰਟ ਚ ਦੁੱਧ ਖਿੱਚੀ ਜਾਂਦੀ ਸੀ। ਆ ਮੰਮੀ ਦੀ ਨਾਈਟ ਡਿਊਟੀ ਹੁੰਦੀ ਹੈ ਇੱਥੇ ਦੁਪਹਿਰੇ ਵੀ ਦੁਪਹਿਰੇ ਵੀ ਤੂੰ ਪੀ ਲਿਆ ਹਾਂ ਉਹਨੂੰ ਕੱਚ ਪਾਣੀ ਆ ਗਿਆ ਮੰਮੀ ਇਹਦੇ ਉਹੀ ਹੈ ਨਾ ਹੁਣ ਸਮਝਾਉਣ ਲੱਗ ਗਈ ਇਹਨੂੰ। ਹਾਂ ਅੱਖਾਂ 'ਚ ਪਾਣੀ ਆ ਗਿਆ ਵੀ ਦੁੱਧ ਮਿਲਦਾ ਨਹੀਂ ਕੀ ਕਰਾਂ। ਦਵਾਈ ਦਿੱਤੀ ਤੇਰੀ ਭਾਬੀ ਨੇ ਤੇ ਨਾਲ ਦੀ ਨਾਲ ਜਸਤਾਨਾ ਜਾਂ ਮੂੰਹ ਤੇ ਫੇਰ ਲਿਆ। ਹਾਂ ਮੈਂ ਪੂੰਝਣ ਦੀ ਲੋੜ ਹੀ ਨਹੀਂ ਪਈ ਸਾਫ਼ ਕਰ ਲਿਆ ਪੈਰ ਦੇ ਕੀ ਮੋੜੇ ਆਏ ਕਰਕੇ। ਹਾਂ ਵੇਖ ਕੇ ਬੂਟੇ ਵੇਖ ਕੇ ਦੋਨੇ ਹੀ ਆ ਇੱਕ ਨਹੀਂ। ਹਾਂ ਦੋਨੇ ਵੇਖ ਕੇ ਇਹਦੇ ਬੂਟੇ ਕਿਵੇਂ ਕੀਤੇ ਵੇ ਪਰੰਗ ਮਕਾਤਮੇ ਜਿਹੜੀਆਂ ਉਹਨੇ ਦਿੱਤੀ ਹੋਗੀ ਰਸਤਾ ਨਾਲ ਵਿੱਚ ਇੱਕ ਕਰ ਲੈਣਾ ਹੁਣ ਕੀ ਤੋ ਮੁੱਕੀ ਹੁੰਦਾ। ਹਾਂ ਇਹਦੇ ਚ ਮਿੱਠਾ ਤਾਂ ਜ਼ਿਆਦਾ ਹੋ ਗਿਆ ਹੋਣਾ ਕਿਉਂਕਿ ਇਹ ਨੀਚੇ ਖੰਡ ਘੱਟ ਖੁਰੀ ਸੀਗੀ ਤੇ ਉਹ ਤੋਂ ਆਪਾਂ ਕੇ ਪੀਲੀ ਤੇ ਥੱਲੇ ਨਾ ਮਿਲ ਚੜ੍ਹ ਗਿਆ। ਹਾਂ ਹਾਂ ਮੈਂ ਤਾਂ ਫਿਰ ਮੈਂ ਕਿਹੜਾ ਘੱਟ ਜਗਾੜੀ ਪਾਰਸ਼ੈਲਟੀ ਕੀਤੀ ਪੀਤੇ ਨਾਲ ਮੈਂ ਕਿਹੜਾ ਘੱਟ ਜਗਾੜੀ ਪਾ ਕੇ ਪਾਣੀ ਅੱਜ ਵੈਸੇ ਮੇਰਾ ਗਰਮ ਦੁੱਧ ਪੀਣ ਨੂੰ ਜੀ ਨਹੀਂ ਕੀਤਾ। ਲੋੜ
ਬੀਰਬਲ ਤੇਰੇ ਜਲਫਾਂ ਕਿਵੇਂ ਆਏ? ਇੰਡੀਕੇਟਰ ਖੜੇ ਆ ਤੇਰੇ ਟਿੱਪਣੀ ਨੀ ਕੀਤੀ ਥੋੜਾ ਕੰਪਰੋਮਾਈਜ਼ ਕਰ ਲਿਆ ਕਰੋ ਕਿਉਂਕਿ ਮੇਰੇ ਵਾਲ ਛੱਲੇ ਵਾਲੇ ਆ ਯਾਰ ਗੁਰਨਾਮ ਭੁੱਲਰ ਦੀ ਮੂਵੀ ਆਈ ਆਪਣੇ ਲੱਗੀ ਇੰਟਰਸਟਿਡ ਹੋ ਦੇਖਣ ਚ ਮੈਂ ਪਤਾ ਕਈ ਹੋ ਜਾਂਦੀਆਂ ਵੀਰ ਭੱਲੇ ਨਹੀਂ ਲੱਗਦੀਆਂ ਆਪਣੇ ਸਕਰੀਨਾਂ ਘੱਟ ਹੁੰਦੀਆਂ ਤਾਂ ਹੀ ਕਈ ਲੱਗਦੀਆਂ ਨੇ ਚੌਦਾਂ ਸ਼ਾਇਦ ਐਮੀ ਵਿਰਕ ਦੀ ਜੇ ਤਾਂ 14 ਜੂਨ ਨੂੰ ਲੱਗੀ ਤਾਂ ਸ਼ਿਨੂ ਵਰਗ ਜਾਏ ਹੋਣਗੇ ਤੇ ਜੇ 17 ਲੱਗੂ ਕਿਉਂਕਿ ਫਿਰ ਉਦੋਂ ਦੋ ਪਿੰਡ ਚਲ ਜਾਣਗੇ ਕਿਉਂਕਿ ਉਹਨਾਂ ਦਾ ਹਾਫ ਡੇ ਖਾਦਾ ਹਾਫ ਡੇ ਹਾਫ ਮਾਰ ਖਾਦਾ ਉਹ ਜੀ ਉਹਨਾਂ ਦਾ ਕਿਉਂਕਿ ਉਹਨਾਂ ਨੂੰ 15 ਦਿਨ ਹੀ ਜਾਣਾ ਕਿਉਂਕਿ 15 ਦਿਨ ਦੂਜੀ ਭੂਆ ਕਿਨ ਜਾਣਾ ਹਨਾ ਤੇ ਕੱਲ੍ਹ ਉਹ ਵਰਤੇ ਨੂੰ ਲੈ ਆਉਣਾ ਤੇ ਹੋਪਫੁਲੀ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਵੀਂ ਨਵੀਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਨੂੰ ਕਰ ਲਓ ਪ੍ਰੈਸ ਟਿਲ ਦ ਮੋਬਾਈਲ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ